ਸਟਾਰ ਦੀ 35ਵੀਂ ਐਨਿਵਰਸਰੀ ਉੱਤੇ ਅੱਜ ਰੈਡੀਕਲ ਗਰੁੱਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅਤੇ ਸ਼ਰਧਾਂਜਲੀ ਸਮਾਰੋਹ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਉੱਤੇ ਪੁਲਿਸ ਅਤੇ SGPC ਦੀ ਟਾਸਕ ਫੋਰਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਸਿਵਲ ਡਰੈਸ ਵਿੱਚ ਪੁਲਿਸ ਦੇ ਆਲਾ ਅਧਿਕਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਤੈਨਾਤ ਸਨ। ਰੈਡੀਕਲ ਗਰੁੱਪ ਅਤੇ SGPC ਦੀ ਟਾਸਕ ਫੋਰਸ ਦੇ ਵਿੱਚ ਝੜਪ ਹੋ ਗਈ ਜਦੋਂ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਜਿਸ ਤਰ੍ਹਾਂ ਉਹਨਾਂ ਨੂੰ ਸ਼ਾਂਤ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਲਿਜਾਇਆ ਗਿਆ। ਅੱਜ ਫਿਰ ਹਰਿਮੰਦਰ ਸਾਹਿਬ ਦੀ ਹਵਾ ਵਿੱਚ ਤਲਵਾਰਾਂ ਲਹਿਰਾਈਆਂ ਅਤੇ ਪੱਗਾਂ ਵੀ ਉਤਾਰੀਆਂ ਗਈਆਂ। ਕੁਝ ਕਰਮ ਖਿਆਲੀ ਦਲਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਅੱਜ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਦੀ 35 ਵਰ੍ਹੇਗੰਢ ਹੈ। ਖਾਲਸਾ ਪੰਥ ਅਕਾਲਤਖਤ ਸਾਹਿਬ 'ਤੇ ਜੁੜਿਆ, ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਉਹਨਾਂ ਨੂੰ ਨਤਮਸਤਕ ਹੋਇਆ ਅਤੇ ਜਿਹੜੇ ਹਮਲਾਵਰ ਸੀ ਭਾਰਤ ਸਰਕਾਰ ਅਤੇ ਉਸ ਵੇਲੇ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਉਸ ਨੂੰ ਅਤੇ ਹੁਣ ਦੀ ਜਿਹੜੇ ਸ਼ਾਸਕ ਨੇ ਜਿਹੜੇ ਦਿੱਲੀ ਦੀ ਸ਼ਾਸਕ ਹੈ ਉਹਨਾਂ ਨੂੰ ਇੱਕ ਪੈਗਾਮ ਦਿੱਤਾ ਖਾਲਸਾ ਪੰਥ ਨੇ ਇੱਥੇ ਜੁੜ ਕੇ ਕਿ ਅਸੀਂ ਹਮਲਾਵਰਾਂ ਨੂੰ ਭੁੱਲੇ ਨਹੀਂ ਹਾਂ, ਅਸੀਂ ਉਸ ਦੇਸ਼ ਨੂੰ ਮੁਆਫ਼ ਨਹੀਂ ਕੀਤਾ ਜਿਸ ਦੇਸ਼ ਨੇ ਹਮਲਾ ਕੀਤਾ ਸੀ, ਜਿਸ ਦੇਸ਼ ਨੇ ਕਹਿਰ ਵਰਤਾਇਆ ਸੀ, ਜਿਸ ਦੇਸ਼ ਦੀ ਫੌਜ ਨੇ ਅਕਾਲ ਤਖ਼ਤ ਸਾਹਿਬ ਟੈਟਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ। ਅਸੀਂ ਅੱਜ ਇੱਥੇ ਇਕੱਤਰ ਹੋ ਕੇ ਆਪਣੀ ਆਜ਼ਾਦੀ ਦਾ ਇੱਕ ਸੁਨੇਹਾ ਦਿੱਤਾ, ਆਪਣੀ ਆਜ਼ਾਦੀ ਦੀ ਜਿਹੜੀ ਗੱਲ ਹੈ ਉਹ ਮੁੜ ਦੁਹਰਾਈ ਹੈ ਔਰ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਕਿ ਅਸੀਂ ਆਜ਼ਾਦੀ ਤੋਂ ਉਰੇ ਕੋਈ ਗੱਲ ਨਹੀਂ ਪ੍ਰਵਾਨ ਕਰਾਂਗੇ। ਸਿੱਖ ਪੰਥ ਨੂੰ ਆਜ਼ਾਦੀ ਚਾਹੀਦੀ ਹੈ ਕਿਉਂਕਿ ਜਿਹੜੇ ਹਮਲਾਵਰ ਨੇ ਉਹ ਸਾਡੇ ਇਸੇ ਦੇਸ਼ ਦੇ ਸ਼ਾਸਕ ਨੇ ਔਰ ਹੁਣ ਦੇ ਜਿਹੜੇ ਸ਼ਾਸਕ ਨੇ ਉਹ ਵੀ ਉਸ ਵੇਲੇ ਦੇ ਸ਼ਾਸਕਾਂ ਦੇ ਨਾਲ ਮਿਲੇ ਹੋਏ ਸੀਗੇ। ਭਾਜਪਾ ਅਤੇ ਕਾਂਗਰਸ ਦੋਨੇ ਜਿਹੜੇ ਨੇ ਸੱਤਾਧਾਰੀ ਪਾਰਟੀਆਂ ਨੇ, ਇਹ ਇੱਕ ਨੇ, ਇੱਕ ਸਿੱਕੇ ਦੇ ਦੋ ਪਹਿਲੂ ਨੇ ਔਰ ਸਾਡੇ ਲਈ ਕੋਈ ਫਰਕ ਨਹੀਂ ਹੈ। ਇਹ ਦੋਨੋਂ ਹੀ ਘੱਟ ਗਿਣਤੀ ਕੌਮਾਂ ਅਤੇ ਸਿੱਖ ਕੌਮ ਦੇ ਦੁਸ਼ਮਣ ਨੇ। ਦੇਖੋ, ਮਿਸਮੈਨੇਜਮੈਂਟ ਜਿਹੜੀ ਹੋਈ ਹੈ ਮੈਂ ਉਹਦੇ ਬਾਰੇ ਇਹੀ ਕਹਾਂਗਾ ਕਿ ਇਹ ਹਰ ਵਾਰ ਹੁੰਦੀ ਹੈ, ਐਵਰੀ ਟਾਈਮ ਹੁੰਦੀ ਹੈ ਅਤੇ SGPC ਇਹ ਤੋਂ ਕੋਈ ਲੈਸਨ ਨਹੀਂ ਲੈਂਦੀ, ਕੋਈ ਪੁਖਤਾ ਬੰਦੋਬਸਤ ਨਹੀਂ ਕਰਦੀ। ਦੂਸਰੀ ਗੱਲ ਹੈ ਕਿ ਅੱਜ ਦਾ ਜਿਹੜਾ ਸਭ ਤੋਂ ਸੌਰੀ ਸਟੇਟ ਆਫ ਅਫੇਅਰ ਹੈ, ਜਿਹੜੀ ਦੁੱਖਦਾਈ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਲਿਖਤੀ ਭਾਸ਼ਣ, ਉਹਨਾਂ ਨੇ ਪਹਿਲੀ ਵਾਰ ਹੋਇਆ ਕਿ ਅਕਾਲ ਤਖ਼ਤ ਜਥੇਦਾਰ ਨੇ ਲਿਖਤੀ ਭਾਸ਼ਣ ਨਹੀਂ ਕੀਤਾ, ਨੰਬਰ 1। ਦੂਜੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਬੋਲਣ ਲੱਗੇ ਤਾਂ ਉਹਨਾਂ ਨੂੰ ਪਹਿਲਾਂ ਆਈਡੈਂਟੀਫਾਈ ਨਹੀਂ ਕਰਾਇਆ ਗਿਆ, ਉਹਨਾਂ ਬਾਰੇ ਦੱਸਿਆ ਨਹੀਂ ਗਿਆ। ਜਦੋਂ ਇੱਕ ਜਥੇਦਾਰ ਗੁਮਨਾਮ ਵਿਅਕਤੀ ਬਣ ਕੇ ਜਦੋਂ ਸਟੇਜ ਤੋਂ ਆਪਣੀ ਸਪੀਚ ਕਰਦਾ, ਉਹ ਵੀ ਇਸ ਦਿਨ ਔਰ ਅਕਾਲ ਤਖ਼ਤ ਤੋਂ ਖਲੋ ਕੇ, ਤਾਂ ਇਸ ਤੋਂ ਵੱਡੀ ਤ੍ਰਾਸਦੀ ਕੋਈ ਹੋਰ ਨਹੀਂ ਹੋ ਸਕਦੀ। ਛੇ ਜੂਨ ਦੇ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮ ਨੂੰ ਸੁਨੇਹਾ ਸਤਿਕਾਰਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੂਨ 84 ਨੂੰ ਦਾ ਜੋ ਦਿਹਾੜਾ ਹੈ, ਹਿੰਦੁਸਤਾਨ ਦੀ ਫੌਜ ਵੱਲੋਂ, ਸਰਕਾਰ ਵੱਲੋਂ ਫੌਜਾਂ ਅਤੇ ਟੈਂਕਿਆਂ ਦਾ ਜੋ ਹਮਲਾ ਕੀਤਾ ਗਿਆ ਹੈ, ਇਹ ਸਿੱਖ ਕੌਮ ਵਾਸਤੇ ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ। ਕੌਮ ਹਮੇਸ਼ਾ ਹੀ ਇਹਨਾਂ ਸ਼ਹੀਦਾਂ ਨੂੰ ਯਾਦ ਰਹੇਗੀ ਅਤੇ ਸਿਰਦਾ ਕਰਦੇ ਰਹੇਗੇ। ਅੱਜ ਜੋ ਇਹ ਦਿਹਾੜਾ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਗੁਰੂ ਦੀਆਂ ਸੰਗਤਾਂ ਆਪਣੇ ਸ਼ਹੀਦਾਂ ਸਿੰਘਾਂ ਨੂੰ ਯਾਦ ਕਰ ਰਹੀਆਂ ਹਨ ਅਤੇ ਹਮੇਸ਼ਾ ਹਮੇਸ਼ਾ ਵਾਸਤੇ ਹੀ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੇ ਰਹਿਣਗੀਆਂ ਜੋ ਕੌਮ ਅਤੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।